ਇੱਥੇ ਲੱਗਣਾ ਪੈਣਾ ਸਾਨੂੰ ਨਾਇਕੀ ਦੇ ਸਟੋਰ ਜਾਣ ਵਾਸਤੇ। ਹੁਣ ਤੁਹਾਨੂੰ ਦਿਖਾਉਣਾ ਕਿ ਲਾਈਨ ਕਿੰਨੀ ਲੰਬੀ ਆ। ਉਹ ਉੱਥੇ ਨਾਇਕੀ ਦਾ ਸਟੋਰ ਭਾਈ, ਚੈੱਕ ਕਰੋ, ਬਿਲਕੁਲ ਨਹੀਂ ਟੁੱਟਦਾ। 9 ਯੂ ਗਾਇਜ਼ ਵਾਂਟਡ? ਯਾ 9। ਯਾ ਦਿਸ ਇਜ਼ ਅ 9 ਗਾਇਜ਼। ਉਹ ਸਾਹਮਣੇ ਦੀ ਟ੍ਰੈਫਿਕ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਟ੍ਰੈਫਿਕ ਲੱਗਾ ਹੋਇਆ ਅੱਜ। ਛੋਟੇ ਫਸਟ ਟਾਈਮ ਵੇਅਰ ਕਰਨਾ ਵਾ। ਹਾਂਜੀ ਗਾਇਜ਼, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਸਾਰੇ? ਸੋ ਆਸਟ੍ਰੇਲੀਆ ਦੇ ਇੱਕ ਹੋਰ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਵੈਲਕਮ ਬੈਕ ਟੂ ਚੈਨਲ ਗਾਇਜ਼ ਐਵਰੀਵਨ। ਸੋ ਪਹਿਲਾਂ ਤੁਹਾਨੂੰ ਮੌਸਮ ਦੱਸ ਦਿਆਂ ਕਿ ਅੱਜ ਦਾ ਮੌਸਮ ਬਹੁਤ ਹੀ ਜ਼ਿਆਦਾ ਵਧੀਆ, ਧੁੱਪ ਚੜ੍ਹੀ ਹੋਈ ਹੈ ਅਤੇ ਹੁਣ ਟਾਈਮ ਹੈ ਜੀ ਬ੍ਰੇਕਫਾਸਟ ਕਰਨ ਦਾ, ਪਰ ਬ੍ਰੇਕਫਾਸਟ ਕਰਨ ਲਈ ਬਣਾਉਣਾ ਪੈਣਾ ਵਾ। ਸੋ ਅੱਜ ਆਪਾਂ ਬਣਾਵਾਂਗੇ ਜੀ ਓਜ਼ੀ ਸਟਾਈਲ ਬ੍ਰੇਕਫਾਸਟ। ਇੱਧਰ ਆਪਣਾ ਪਾਣੀ ਬੋਇਲ ਹੋ ਰਿਹਾ, ਵਿੱਚ ਪਾਇਆ ਆਪਾਂ ਥੋੜ੍ਹਾ ਜਿਹਾ ਵਿਨੇਗਰ, ਵਾਈਟ ਵਿਨੇਗਰ। ਅਤੇ ਇੱਧਰ ਮੈਂ ਚੌਪ ਕਰਨੇ ਆ ਮਸ਼ਰੂਮ, ਲਓ ਜੀ। ਅਤੇ ਆਹ ਦੇਖੋ, ਅਤੇ ਕੱਲ੍ਹ ਇੱਦਾਂ ਹੀ ਕੁਕਿੰਗ ਕਰਦੇ ਹਾਂ, ਕੱਟ ਲੱਗਾ। ਹੁਣ ਆਪਾਂ ਇਹ 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 ਕੈਮਰਾ ਸੈੱਟ ਕਰ ਲਈਏ ਇੱਥੇ। ਇਹ ਇੱਕ ਮਿੰਟ ਜੀ, ਕੈਮਰਾ ਸੈੱਟ ਕਰੀਏ ਆਪਾਂ ਇੱਥੇ। ਸੋ ਕੈਮਰਾ ਆਪਣਾ ਸੈੱਟ ਹੋ ਗਿਆ ਜੀ। ਹੁਣ ਆਪਾਂ ਕਰਦੇ ਹਾਂ ਮਸ਼ਰੂਮ ਚੌਪ, ਅਤੇ ਫਿਰ ਇਹਨੂੰ ਆਪਾਂ ਕਰਾਂਗੇ ਮਸ਼ਰੂਮ ਨੂੰ ਸੋਤੇ, ਅਤੇ ਉੱਧਰ ਆਪਣੇ ਐੱਗ ਬਣ ਰਿਹਾ ਅਤੇ ਨਾਲ ਆਪਾਂ ਖਾਵਾਂਗੇ ਟੋਸਟ। ਸੋ ਚਲੋ ਜੀ, ਕੁਕਿੰਗ ਦੇ ਲਾਤਾ ਬੀਰਾਮ ਗੜੀ ਉਹਦੇ ਯਾਰ, ਆਪ ਬਣਾ ਕੇ ਖਾਣ ਦਾ ਮਜ਼ਾ ਹੀ ਵੱਖਰਾ ਵਾ। ਸੋ ਆਪਾਂ ਕਹਿੰਦੇ ਮੋਰਨਿੰਗ ਉੱਠ ਕੇ ਮੈਂ ਤੇ ਗਗਨ ਵੀਰਾ ਸਲਾਹੀ ਕਰਦੇ ਕਿ ਵੀਰੇ ਕੀ ਬਣਾਇਆ ਜਾਵੇ, ਅੱਜ ਕੁਛ ਡਿਫਰੈਂਟ ਬਣਾਇਆ ਜਾਵੇ। ਸੋ ਅੱਜ ਵੀਰਾ ਕਹਿੰਦਾ ਕਿ ਆਪਾਂ ਪੋਚਡ ਐਗ ਖਾਂਦੇ ਹਾਂ। ਯੈਸ, ਮੈਂ ਕਦੀ ਟਰਾਈ ਨਹੀਂ ਕੀਤੇ, ਸੋ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਮਸ਼ਰੂਮ ਕਰਾਂਗੇ ਆਪਾਂ ਨਾਲ ਸੌਤ। ਸੋ ਮਸ਼ਰੂਮ ਜਿਹਨੂੰ ਵੱਡੇ ਰੱਖ ਲਓ, ਵੱਡੇ ਰੱਖਣਾ, ਐਵੇਂ ਫਿਰ ਪਤਾ ਨਹੀਂ ਜਿਹੜੇ ਦੰਦਾਂ ਥੱਲੇ ਮਸ਼ਰੂਮ ਆਉਂਦੇ ਨਾ। ਸੋ ਮਸ਼ਰੂਮ ਲਵਰ ਕੌਣ ਕੌਣ ਆ ਕਮੈਂਟ ਕਰਕੇ ਜ਼ਰੂਰ ਦੱਸਿਓ, ਅਸੀਂ ਤਾਂ ਬਹੁਤ ਤਗੜੇ ਮਸ਼ਰੂਮ ਲਵਰ ਆ। ਅਸੀਂ ਆ ਦੇਖੋ, ਛੋਟਾ ਜਿਹਾ ਡੱਬਾ ਲੈ ਆਈਦਾ ਤੇ ਚੱਕ ਜਾਈਦਾ ਇੱਕ ਟਾਈਮ ਸਾਰਾ। ਇਹ ਤਾਂ ਅੱਧੇ ਤਾਂ ਆਪਾਂ ਅੱਜ ਹੀ ਬਣਾ ਲੈਣੇ ਆ, ਅੱਧੇ ਅਗਲੇ ਦਿਨ, ਤੇ ਗਰੋਸਰੀ ਲਿਆਉਣੀ ਆ ਉਧਰ ਵੱਡਾ ਲੈ ਕੇ ਆਵਾਂਗੇ ਪੈਕ। ਹਾਂ, ਵੱਡੇ ਮਸ਼ਰੂਮ ਵਾਲਾ ਅਸੀਂ ਤੁਹਾਨੂੰ ਦਿਖਾਇਆ ਜੀ। ਗਰੋਸਰੀ ਵਾਲੇ ਲੋਕ ਦੇਖਿਆ ਹੋਊਗਾ ਕਿ ਮਸ਼ਰੂਮ ਇੱਥੇ ਕਾਫੀ ਤਰ੍ਹਾਂ ਦੇ ਮਿਲਦੇ ਆ, ਕਾਫੀ ਵੱਡੇ ਸਾਈਜ਼ ਦੇ ਮਸ਼ਰੂਮ ਵੀ ਮਿਲਦੇ ਆ, ਪਰ ਆਪਾਂ ਐਤਕੀ ਆ ਲੈਂਦੇ ਸੀ। ਸੋ ਨੈਕਸਟ ਟਾਈਮ ਆਪਾਂ ਜਿਹੜੇ ਇੱਥੇ ਖੁੱਲ੍ਹੇ ਹੁੰਦੇ ਉਹ ਲੈ ਕੇ ਆਵਾਂਗੇ, ਉਹ ਜ਼ਿਆਦਾ ਵਧੀਆ ਰਹਿੰਦੇ ਹਨਾ, ਥੋੜ੍ਹੇ ਉਹਨਾਂ ਸਾਈਜ਼ ਵੀ ਥੋੜ੍ਹਾ ਨੋਰਮਲ ਹੁੰਦਾ, ਨਾ ਜ਼ਿਆਦਾ ਵੱਡੇ ਨਾ ਜ਼ਿਆਦਾ ਛੋਟੇ। ਸੋ ਆਪਣੇ ਇੱਧਰ ਮਸ਼ਰੂਮ ਤਾਂ ਚੌਪਡ ਹੋ ਗਿਆ ਜੀ, ਅਤੇ ਹੁਣ ਆਪਾਂ ਕਰਦੇ ਹਾਂ ਅਨੀਅਨ। ਅਨੀਅਨ ਵੀਰੇ ਗਰੋਸਰੀ ਕਰਨ ਵਾਲੀ ਹੋ ਗਈ ਆ, ਅਨੀਅਨ ਮੋਗੇ ਆਪਾਂ ਲਿਆਉਣੀ ਗਰੋਸਰੀ। ਮੈਂ ਮਸ਼ਰੂਮ ਦਾ ਇੰਨਾ ਦੀਵਾਨਾ, ਮੈਂ ਇਹਨੂੰ ਰੋ ਵੀ ਖਾ ਲਾ, ਕੱਚੇ ਵੀ ਖਾ ਲੈਂਦੇ ਯਾਰ, ਮੈਨੂੰ ਸਵਾਦ ਹੀ ਬਹੁਤ ਆ। ਮੈਂ ਇੰਨਾ ਜ਼ਿਆਦਾ ਨਹੀਂ ਹੈਗਾ, ਮੈਂ ਤਾਂ ਕੁੱਕ ਕਰਕੇ ਖਾਂਦਾ ਵਾਂ, ਮਤਲਬ ਹਰ ਇੱਕ ਦੀ ਆਪਣੀ ਆਪਣੀ ਚੋਇਸ ਆ। ਹਾਂ, ਮਤਲਬ ਚੋਇਸ ਆ ਇਹ, ਜਿਹੜੀ ਇਹਦੇ ਵਿੱਚ ਉਹ ਕਰੰਚੀਨੈਸ ਨਹੀਂ ਕਹਿ ਸਕਦਾ, ਜਿਹੜੀ ਉਹ ਹੈਗੀ ਆ ਨਾ ਚੀਜ਼ ਇੱਕ, ਉਹ ਮੈਨੂੰ ਜ਼ਬਰਦਸਤ ਲੱਗਦੀ। ਓਕੇ, ਬਸ ਉਦਾਂ ਵੀਰੇ ਨੇ ਹੁਣ ਧੋਤੇ, ਹੁਣ ਕਿਤੇ ਮੈਂ ਗੰਦੇ ਨਾ ਖਾ ਲਏ, ਨਹੀਂ ਧੋਤੇ ਮੈਂ ਧੋਤੇ ਨਹੀਂ, ਐਵੇਂ ਕਹਿ ਰਿਹਾ। ਦੇਖਿਆ ਬਾਈ, ਦੇਖੋ ਐਨਜਾਇਟੀ ਆਪੇ ਹੀ ਫੈਲਾ ਗਏ ਨਾ, ਤੂੰ ਇੱਦਾਂ ਕਰਦੇ। ਅਤੇ ਅੱਜ ਆਪਾਂ ਥੋੜ੍ਹੀ ਸ਼ੋਪਿੰਗ ਕਰਨ ਵੀ ਜਾਣਾ ਵਾ, ਸੋ ਬਲੌਗ ਨੂੰ ਲਾਸਟ ਜ਼ਰੂਰ ਦੇਖਿਓ। ਮੈਂ ਤਾਂ ਆਪਣਾ ਕੰਮ ਡਨ ਕਰ ਲਿਆ, ਸੋ ਇੱਧਰ ਵੀਰੇ ਹੁਣ ਕਰਨਗੇ, ਬਸ ਇੱਥੋਂ ਪਾਣੀ ਉਬਲ ਰਿਹਾ ਵਾ, ਅਤੇ ਆਪਾਂ ਇਹਦੇ ਵਿੱਚ ਪਾ ਦੇਣੀ ਆ ਐਗ, ਥੋੜ੍ਹਾ ਜਿਹਾ ਹੋਰ ਹੋ ਜਾਏ ਪਾਣੀ। ਹਾਂ, ਥੋੜ੍ਹਾ ਉਬਾਲਣ ਦੋ ਐਂ, ਸਾਲਟ ਐਂਡ ਚਿਲੀ ਫਲੇਕ। ਅਤੇ ਗਾਈਜ਼, ਉੱਧਰ ਆਪਾਂ ਰੱਖਦੇ ਹੋਏ ਆ ਜੀ ਅਨੀਅਨ ਅਤੇ ਮਸ਼ਰੂਮ ਸੋਤੇ ਹੋਣ ਲਈ। ਹੁਣ ਇੱਧਰ ਆਪਾਂ ਐੱਗ ਤੋੜ ਕੇ ਪਾਉਂਦੇ ਹਾਂ ਪਾਣੀ ਦੇ ਵਿੱਚ, ਇਹ ਕਾਇੰਡ ਆਫ ਜਿਵੇਂ ਆਂਡੇ ਆਪਾਂ ਉਬਾਲ ਦੇਣਾ। ਇੱਥੇ ਗਲ ਟੁੱਟ ਗਿਆ, ਤੋੜ ਦਿਓ ਬਸ, ਠੀਕ ਹੀ, ਬਹੁਤ ਜ਼ਿਆਦਾ ਪਾਣੀ, ਬਹੁਤ ਜ਼ਿਆਦਾ ਫੰਕਸ਼ਨ ਫੇਲ ਹੋ ਗਿਆ ਇਹ ਦੱਸੋ ਨਹੀਂ ਟੁੱਟਿਆ।
ਉਹ ਦੇਖੋ ਸੁਪਨੇ ਰੈਡੀ ਹੋ ਰਹੇ ਜੀ ਪੋਸਟ ਐਗ ਬਿਲਕੁਲ ਪਾਣੀ ਦੇ ਲਾਗੇ ਜਾ ਕੇ ਤੋੜਨੇ ਆ ਉਹ ਦੇਖੋ ਆ ਪਰਫੈਕਟ ਟੁੱਟਿਆ ਵਾ ਆ ਤਾਂ ਬਹੁਤ ਵਧੀਆ ਸੀ ਥੋੜੀ ਜਿਹੀ ਛਿੱਲ ਆ ਬਟ ਕੋਈ ਨਹੀਂ ਨਿਕਲ ਜਾਣੀ ਇਹ ਬਾਹਰ ਹੀ ਆਉਣੀ ਪਾਣੀ ਕਾਫੀ ਗਰਮ ਹੋ ਚੁੱਕਿਆ ਇੱਧਰ ਆਪਣਾ ਰੈਡੀ ਹੋ ਰਿਹਾ ਜੀ ਓਜ਼ੀ ਸਟਾਈਲ ਬ੍ਰੇਕਫਾਸਟ ਅਤੇ ਇੱਧਰ ਹੁਣ ਆਪਾਂ ਟੋਸਟ ਵੀ ਰੈਡੀ ਕਰ ਰਹੇ ਹਾਂ ਬ੍ਰੈਡ ਆਪਾਂ ਲਾਤੀਆਂ ਹੋਈਆਂ ਨੇ ਟੋਸਟਰ ਦੇ ਵਿੱਚ ਕੁਝ ਲੋਕ ਇੱਦਾਂ ਹਾਫ ਕੁੱਕ ਖਾਂਦੇ ਆ ਕੁਝ ਲੋਕ ਇੱਦਾਂ ਫੁੱਲ ਕੁੱਕ ਖਾਂਦੇ ਆ ਸੋ ਇੱਧਰ ਆਪਣੀ ਫੁੱਲ ਕੁੱਕ ਹੋ ਰਹੇ ਆ ਸੋ ਇੱਧਰ ਹਾਫ ਕੁੱਕ ਵੀ ਹੈਗਾ ਵਾ ਸੋ ਕਈ ਲੋਕਾਂ ਨੂੰ ਇੱਦਾਂ ਖਾਣਾ ਪਸੰਦ ਆ ਕਈ ਲੋਕਾਂ ਨੂੰ ਇੱਦਾਂ ਸੋ ਇੱਧਰ ਪੂਰੀ ਪ੍ਰੈਪਰੇਸ਼ਨ ਚੱਲ ਰਹੀ ਹੈ ਜੀ ਆਪਣੀ ਤੁਹਾਡੇ ਫੇਵਰੇਟ ਕਿਹੜੇ ਫਿਰ ਫੁੱਲ ਕੁੱਕ ਹਾਫ ਨਹੀਂ ਯਾਰ ਮੈਨੂੰ ਚੰਗੇ ਲੱਗਦੇ ਟੋਸਟ ਵੀ ਆਪਣੇ ਰੈਡੀ ਹੋ ਗਏ ਚਲੋ ਸੋ ਗਾਈਜ਼ ਆਪਣਾ ਓਜ਼ੀ ਸਟਾਈਲ ਬ੍ਰੇਕਫਾਸਟ ਰੈਡੀ ਆ ਜੀ ਇਹ ਪੋਸਟ ਐਗ ਐਕਚੁਅਲ ਦੇ ਵਿੱਚ ਹੁਣ ਬੋਇਲਡ ਐਗ ਹੋ ਗਿਆ ਵਾ ਜਿਹੜਾ ਪੋਸਟ ਐਗ ਹੁੰਦਾ ਵਾ ਉਹ ਹਾਫ ਕੁੱਕ ਹੁੰਦਾ ਵਾ ਪਰ ਆਪਾਂ ਇਹਨੂੰ ਫੁੱਲ ਕੁੱਕ ਕੀਤਾ ਵਾ ਸੋ ਤਾਂ ਕਰਕੇ ਇਹ ਹੁਣ ਬੋਇਲਡ ਐਗ ਹੀ ਹੋ ਗਿਆ ਅਤੇ ਨਾਲ ਆਪਣੇ ਹੈਗੇ ਆ ਜੀ ਸੋਤੇ ਮਸ਼ਰੂਮ ਐਂਡ ਅਨੀਅਨ ਨਾਲ ਟੋਸਟ ਹੁਣ ਆਪਾਂ ਬ੍ਰੇਕਫਾਸਟ ਕਰਦੇ ਹਾਂ ਅਤੇ ਫਿਰ ਨਿਕਲਦੇ ਆਪਾਂ ਸ਼ੋਪਿੰਗ ਕਰਨ ਵਾਸਤੇ ਅੱਜ ਚੱਲ ਰਿਹਾ ਜੀ ਬੋਕਸਿੰਗ ਡੇ ਗਾਈਜ਼ ਹੁਣ ਅਸੀਂ ਨਿਕਲ ਚੁੱਕੇ ਹਾਂ ਜੀ ਬੋਕਸਿੰਗ ਡੇ ਦੀ ਸ਼ੋਪਿੰਗ ਕਰਨ ਵਾਸਤੇ ਆਪਾਂ ਜਾ ਰਹੇ ਹਾਂ ਜੀ DFO DFO ਹੋਮ ਬਸ਼ ਹਾਂਜੀ ਇੱਥੇ ਹੈਗੇ ਜੀ ਸਾਰੇ ਆਊਟਲੈਟਸ ਸੋ ਮੈਂ ਤਾਂ ਸ਼ੂਜ਼ ਬਾਏ ਕਰਨੇ ਆ ਅਤੇ ਦੋ ਤਿੰਨ ਟੀ ਸ਼ਰਟਸ ਲੈਣੀਆਂ ਨੇ ਅਤੇ ਅੱਜ ਬਹੁਤ ਜ਼ਿਆਦਾ ਕਰਾਊਡ ਹੋਊਗਾ ਉੱਥੇ ਅਤੇ ਤੁਸੀਂ ਟ੍ਰੈਫਿਕ ਦੇ ਸਕਦੇ ਹੋ 24 ਕਿਲੋਮੀਟਰ ਅਤੇ 43 ਮਿੰਟ ਲੱਗ ਰਹੇ ਆ ਨਹੀਂ ਤਾਂ ਅੱਧੇ ਘੰਟੇ ਦਾ ਰਸਤਾ ਹੈ ਸੋ ਟ੍ਰੈਫਿਕ ਬਹੁਤ ਜ਼ਿਆਦਾ ਵਾ ਸਵਾਜ ਤਾਂ ਜਿਹੜਾ DFO ਆ ਫੁੱਲ ਭਰਿਆ ਹੋਣਾ 10 ਵਜੇ ਤੱਕ ਖੁੱਲ੍ਹਾ ਹੈ ਬੋਕਸਿੰਗ ਡੇ ਜਿਹੜੀ ਸੇਲ ਆ ਉਹ ਸਾਲ 'ਚ ਇੱਕ ਵਾਰੀ ਲੱਗਦੀ ਆ ਸੋ ਸਾਰੇ ਆਊਟਲੈਟ ਜਾ ਕੇ ਦੇਖਿਆ ਸਾਰੇ ਆਊਟਲੈਟ ਹੈਗੇ ਉੱਥੇ ਨਾ DFO ਸਾਰੇ ਹੈਗੇ ਓਕੇ ਸੋ ਜਾ ਕੇ ਤੁਹਾਨੂੰ ਦੁਕਾਨੇ ਬਸ ਨਿਕਲ ਕੇ ਹੋਏ ਆ ਟਾਈਮ 'ਚ ਦੇ ਸਕਦੇ ਹੋ 3:15 ਹੋ ਗਿਆ ਗਾਈਜ਼ ਉਹ ਸਾਹਮਣੇ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਟ੍ਰੈਫਿਕ ਲੱਗਾ ਹੋਇਆ ਅੱਜ ਤੁਹਾਡਾ ਭਲਾ ਜੇ ਆਪਾਂ ਪਹਿਲਾਂ ਹੀ ਲੈਫਟ ਲੈ ਲਈਏ ਕੋਈ ਕਿਲੋਮੀਟਰ ਤੋਂ ਲੈਫਟ ਲੈਣਾ ਹਾਂ ਦੇਖਿਓ ਹਾਲੇ ਵੀ ਆਪਾਂ ਰਸਤੇ 'ਚ ਹੀ ਹਾਂ ਅਤੇ 19 ਮਿੰਟ 1.5 ਕਿਲੋਮੀਟਰ ਦਾ 19 ਮਿੰਟ ਦਿਖਾ ਰਿਹਾ 19 ਮਿੰਟ ਲੱਗਣੇ ਸਿਰਫ ਦੇ ਲਓ 1.5 ਕਿਲੋਮੀਟਰ 1.5 ਕਿਲੋਮੀਟਰ ਓਨਲੀ ਛੁੱਟੀਆਂ ਚੱਲ ਗਈਆਂ ਛੁੱਟੀਆਂ ਕਰਕੇ ਅਤੇ ਬੋਕਸਿੰਗ ਡੇ ਕਰਕੇ ਬੋਕਸਿੰਗ ਡੇ ਅੱਜ ਤਾਂ ਕਰਕੇ ਜਿੱਧਰ ਆਪਾਂ ਜਾ ਰਹੇ ਹਾਂ ਕਿੰਨੀ ਦੁਨੀਆ ਜਾ ਰਹੀ ਹੋਣੀ ਉੱਧਰ ਹੀ ਆਹੋ ਹਾਂ ਦੇਖਿਓ ਜੈਟ ਸਕੀ ਲੈ ਕੇ ਜਾ ਰਹੇ ਹਾਂ ਗਾਈਜ਼ ਆਪਾਂ 3:15 ਘਰੋਂ ਨਿਕਲੇ ਸੀ ਅਤੇ 4:30 ਹੋ ਗਏ ਅਤੇ ਸਟਿਲ ਆਪਾਂ ਟ੍ਰੈਫਿਕ ਦੇ ਵਿੱਚ ਫਸੇ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਕਿੰਨਾ ਜ਼ਿਆਦਾ ਵਾ ਗਾਈਜ਼ DFO 'ਤੇ ਪਹੁੰਚ ਚੁੱਕੇ ਹਾਂ ਜੀ ਪਰ ਇੱਥੇ ਪਾਰਕਿੰਗ ਦਾ ਬੜਾ ਜ਼ਿਆਦਾ ਇਸ਼ੂ ਪਾਰਕਿੰਗ ਨਹੀਂ ਮਿਲ ਰਹੀ ਅਤੇ ਟਾਈਮ ਤੁਸੀਂ ਦੇ ਸਕਦੇ ਹੋ 5:30 ਹੋ ਗਿਆ ਘਰੋਂ ਲੱਗਣੇ ਸੀ ਸਾਨੂੰ 25 ਮਿੰਟ ਜੇ ਟ੍ਰੈਫਿਕ ਨਾ ਹੁੰਦਾ ਅਤੇ ਸਾਨੂੰ 2.5 ਘੰਟੇ ਲੱਗ ਗਏ ਅਤੇ ਹਾਲੇ ਵੀ ਤੁਸੀਂ ਦੇ ਸਕਦੇ ਹੋ ਸਟਿਲ ਸਾਨੂੰ ਪਾਰਕਿੰਗ ਨਹੀਂ ਮਿਲੀ ਕਿੰਨਾ ਰਸ਼ ਅੱਜ ਇੱਧਰ ਦੇਖਿਓ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਕਰਾਊਡ ਆ ਇੱਥੇ ਉਹ ਚੀਜ਼ ਬਾਏ ਕਰਨੀ ਆਪਾਂ ਉਹ ਵੀ ਨਹੀਂ ਮਿਲਣੀ ਸੋ ਦੇਖਦੇ ਹਾਂ ਲੈਸ ਕੀ ਬਣਦਾ ਪਹਿਲਾਂ ਸਾਨੂੰ ਪਾਰਕਿੰਗ ਮਿਲ ਜੇ ਕਿਉਂਕਿ ਇੱਥੇ ਪਾਰਕਿੰਗ ਦਾ ਬਹੁਤ ਜ਼ਿਆਦਾ ਇਸ਼ੂ ਆ ਯਾਰ ਸੋ ਫਾਈਨਲੀ ਗਏ ਸਾਨੂੰ ਪਾਰਕਿੰਗ ਮਿਲ ਗਈ ਆ ਇੱਥੇ ਆਪਾਂ ਚੱਲਦੇ ਅੰਦਰ ਸ਼ੋਪਿੰਗ ਸ਼ੁਪਿੰਗ ਕਰਦੇ ਜੇ ਹਿਸਾਬ ਨਾਲ ਪਾਰਕਿੰਗ ਮਿਲ ਗਈ ਉਹੀ ਤਾਂ ਜੇ ਹਿਸਾਬ ਨਾਲ ਅੱਜ ਲੋਕ ਆਏ ਹੋਏ ਆ ਨਾ
ਪਾਰਕਿੰਗ ਤੇ ਮਿਲੀ ਮਿਲੀ ਅੰਦਰ ਜਿਹੜਾ ਆਪਾਂ ਸਮਾਨ ਲੈਣਾ ਹੈ ਉਹ ਮਿਲੇ ਕਿ ਨਾ ਮਿਲੇ ਇਹ ਹਲੇ ਪਤਾ ਨਹੀਂ ਆ। ਸਹੀ ਗੱਲ ਹੈ ਬਿਲਕੁਲ ਬਿਲਕੁਲ ਨਹੀਂ ਇੰਨੀ ਸ਼ਾਪਿੰਗ ਵਾਲਾ ਦਿੰਦੇ ਆ ਜੇ ਸਾਰਾ ਕੁਝ ਉੜ ਗਿਆ ਸਾਡਾ ਤੇ ਫੇਰ ਸਾਡਾ ਗੇੜਾ ਹੀ ਖਰਾਬ ਹੋ ਜਾਣਾ। ਉਹੀ ਤਾਂ ਹੁਣ 2.5 ਘੰਟੇ ਯਾਰ ਆਪਾਂ ਲਾਏ ਆ ਤੇ ਜਿਹੜੀ ਚੀਜ਼ ਬਾਈਕ ਕਰਨਾ ਹੈ ਸ਼ੂਜ਼ ਤੇ ਟੀ-ਸ਼ਰਟਸ ਉਹ ਮਿਲ ਜਾਣੇ ਚਾਹੀਦੇ ਪਸੰਦ ਦੀਆਂ, ਪਸੰਦ ਵੀ ਹੋਣੀ ਚਾਹੀਦੀ ਚੀਜ਼, ਇਹ ਨਹੀਂ ਕਿ ਸਾਹਮਣੇ ਪਈ ਹੁਣ ਚੱਕ ਕੇ ਲੈ ਆਈਏ। ਸੋ ਹੁਣ ਚੱਲਦੇ ਤੁਹਾਨੂੰ ਦਿਖਾਉਂਦੇ ਹਾਂ। ਆ ਦੇਖ ਲਓ ਕਿੰਨਾ ਜ਼ਿਆਦਾ ਕਰਾਊਡ ਆ ਬੋਕਸਿੰਗ ਡੇ ਵਾਲੇ ਦਿਨ, ਕਿੰਨੇ ਜਾਣੇ ਸ਼ੋਪਿੰਗ ਕਰਨਾ ਹੈ ਅਤੇ ਆਹ ਦੇਖ ਲਓ ਸਟੋਰ ਦੇ ਬਾਹਰ ਲਾਈਨ ਕਿੰਨੀ ਲੰਬੀ ਆ, ਆਊਟਲੈਟਾਂ ਦੇ ਬਾਹਰ ਲਾਈਨਾਂ ਲਾ ਕੇ ਖੜ੍ਹੇ ਆ, ਵੇਟ ਕਰ ਰਹੇ ਆ, ਅੱਧਾ ਅੱਧਾ ਘੰਟਾ ਵੇਟਿੰਗ ਚੱਲ ਰਹੀ ਆ ਕਿਉਂਕਿ ਅੱਜ ਦੇ ਦਿਨ ਔਫ ਕਾਫੀ ਚੱਲਦਾ ਵਾ ਨਾ, ਉਹਦੇ 25% ਔਫ ਫੁੱਲ ਪ੍ਰਾਈਜ਼। ਤੋ ਬੋਕਸਿੰਗ ਡੇ ਵਾਲੇ ਦਿਨ ਔਫਰਾਂ ਕਾਫੀ ਵਧੀਆ ਵੀ ਚੱਲਦੀਆਂ। ਸੋ ਆਪਾਂ ਆ ਗਏ ਜੀ ਅੰਮ੍ਰਿਤਸਰ ਦੇ ਚੋਰ ਬਾਜ਼ਾਰ। ਇੱਥੋਂ ਲਾਈਨ ਸ਼ੁਰੂ ਹੁੰਦੀ ਆ ਅਤੇ ਉਹ ਫਿਲਾ ਦੇ ਆਊਟਲੈਟ ਤੱਕ ਕਿੰਨੀ ਲੰਬੀ ਲਾਈਨ ਆ। ਆਪਾਂ ਨੂੰ ਮਾਈਕਰੋਵੇਵ ਲਾਈਨ ਦੇ ਵਿੱਚ ਲੱਗਣ ਨੂੰ ਘੱਟੋ ਘੱਟ ਆਪਾਂ ਨੂੰ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ 30-40 ਮਿੰਟ ਵੇਟ ਕਰਨੀ ਪੈਣੀ। ਕਿੰਨੇ ਕ੍ਰੇਜ਼ੀ ਆ ਲੋਕ ਸ਼ੋਪਿੰਗ ਕਰਨ ਦੇ ਦੇਖ ਲਓ। ਹੁਣ ਆਪਾਂ ਸਭ ਤੋਂ ਪਹਿਲਾਂ ਜਾ ਰਹੇ ਹਾਂ ਜੀ ਨਾਇਕੀ ਦੇ ਆਊਟਲੈਟ। ਸੋ ਉੱਥੇ ਸ਼ੂਜ਼ ਦੇਖਦੇ ਹਾਂ। ਨਾਇਕੀ ਦੇ ਬਾਹਰ ਲਾਈਨ ਦੇਖੋ ਕਿੰਨੀ ਲੰਬੀ ਲੱਗੀ ਆ, ਆਈ ਥਿੰਕ ਅੱਧਾ ਪੌਣਾ ਘੰਟਾ ਲੱਗ ਜਾਣਾ ਵਾ। ਇਹਦਾ ਡਬਲ ਲਾਈਨ ਲੱਗੀ ਹੋਈ ਯਾਰ ਨਾਇਕੀ ਦੇ ਬਾਹਰ। ਇਹ ਦੋ ਲਾਈਨਾਂ ਤੇ ਲੱਗੀਆਂ ਲੱਗੀਆਂ ਵਾ ਪਰ ਆਹ ਲਾਈਨ 'ਚ ਲੱਗਣ ਵਾਸਤੇ ਸਾਨੂੰ ਪਹਿਲਾਂ ਆਹ ਲਾਈਨ 'ਚ ਲੱਗਣਾ ਪੈਣਾ। ਸੀਰੀਅਸਲੀ? ਆਹ ਦੇਖੋ ਭੁੱਲ ਜਾਓ, ਇਹਦਾ ਭੁੱਲ ਜਾਓ ਅੰਦਰ ਜਾਣਾ ਜੋ। ਇਹ ਤਾਂ 2 ਘੰਟੇ ਲੱਗ ਜਾਣੇ ਯਾਰ ਅੰਦਰ ਜਾਂਦੇ ਜਾਂਦੇ। ਗਾਈਜ਼ ਅਸੀਂ ਆਏ ਸੀ ਜੀ ਨਾਇਕੀ ਦੇ ਸਟੋਰ ਅਤੇ ਨਾਇਕੀ ਦੀ ਤੁਹਾਨੂੰ ਲਾਈਨ ਦਿਖਾਈਏ। ਉੱਧਰ ਦੋ ਲਾਈਨਾਂ ਤਾਂ ਹੈ ਹੀ ਹੈ ਅਤੇ ਫਿਰ ਇੱਕ ਇੱਧਰ ਲਾਈਨ ਆ ਅਤੇ ਆਹ ਲਾਈਨ 'ਚ ਲੱਗਣ ਵਾਸਤੇ ਸਾਨੂੰ ਆਹ ਲਾਈਨ 'ਚ ਲੱਗਣਾ ਪੈਣਾ। ਆਹ ਲਾਈਨ ਦੇਖ ਲਓ ਕਿੱਥੋਂ ਸਟਾਰਟ ਹੁੰਦੀ ਆ, ਉਹ ਉੱਧਰੋਂ। ਨਹੀਂ ਨਹੀਂ ਇੱਥੇ ਲੱਗਣਾ ਪੈਣਾ ਸਾਨੂੰ ਨਾਇਕੀ ਦੇ ਸਟੋਰ ਜਾਣ ਵਾਸਤੇ। ਹੁਣ ਤੁਹਾਨੂੰ ਦਿਖਾਉਂਦਾ ਕਿ ਲਾਈਨ ਕਿੰਨੀ ਲੰਬੀ ਆ। ਉਹ ਉੱਥੇ ਨਾਇਕੀ ਦਾ ਸਟੋਰ ਆ, 1.5 ਕਿਲੋਮੀਟਰ ਦੀ ਲਾਈਨ ਹੋਣੀ ਆ ਨਾਇਕੀ ਵਾਸਤੇ। ਨਾਇਕੀ ਦੀ ਲਾਈਨ ਤਾਂ ਬੜੀ ਲੰਬੀ ਸੀ ਅਤੇ ਹੁਣ ਆਪਾਂ ਜੀ ਪਲੈਟੀਪਸ, ਇੱਥੇ ਇੱਕ ਆਹ ਸ਼ੂ ਪਸੰਦ ਆਇਆ ਵਾ ਐਡੀਡਾਸ ਦਾ। ਸੋ ਇਹਦੇ ਵਿੱਚ ਆਪਾਂ ਨੂੰ ਸਾਈਜ਼ ਪੁੱਛਣਾ ਪੈਣਾ ਵਾ ਜੇ ਮੈਂ ਲੈਣੇ ਕੰਫਰਟ ਵਾਸਤੇ ਡੇਲੀ ਦੇਣ ਵਾਸਤੇ, ਕਿਉਂਕਿ ਜਿਹੜੇ ਮੇਰੇ ਬਲੈਕ ਹੀ ਦੂਸਰੇ ਉਹ ਵਾਲੇ ਰਫ ਐਂਡ ਟਫ ਉਹ ਤਾਂ ਵਿਚਾਰੇ ਖਤਮ ਹੀ ਹੋ ਗਏ। ਦੇਖਦੇ ਆ ਇੱਦਾਂ ਕਰਕੇ ਸਹੀ ਵੀ ਆ ਕਿ ਜੇ ਹੋਇਆ ਠੀਕ ਆ। ਓਕੇ ਆ, ਇਹ ਤਾਂ ਨਵਾਂ ਪੀਸ ਲਵਾਂਗੇ ਨਾ ਤੁਹਾਨੂੰ, ਨਵਾਂ ਹੀ ਡਿਸਪਲੇ ਆ। ਸਾਈਜ਼ ਨਹੀਂ ਮਿਲਿਆ, ਸਾਈਜ਼ ਦੇ ਪੁੱਛਦੇ ਪਹਿਲਾਂ ਬਸ ਗੁੱਸਾ ਹੀ ਕਰਕੇ ਤੁਸੀਂ। ਸੋ ਹੋਰ ਦੇਖਦੇ ਇੱਧਰ ਵੈਨਸ ਦੇ ਲੱਗੇ ਹੋਏ ਆ, ਦੇਖੋ ਸਾਰੇ ਔਫ ਤੇ ਲੱਗੇ ਹੋਏ ਆ। ਇੱਧਰ ਵੀ ਸ਼ੂਜ਼ ਕਾਫੀ ਵਧੀਆ ਪਰ ਵੈਨਸ ਦੇ ਮੈਨੂੰ ਜ਼ਿਆਦਾ ਪਸੰਦ ਨਹੀਂ ਆ। ਅਤੇ ਇੱਧਰ ਸਕੈਚਰਸ ਦੇ ਵੀ ਲੱਗੇ ਹੋਏ ਆ, ਆਹ ਦੇਖੋ ਇਹਦਾ ਐਕਚੁਅਲ ਪ੍ਰਾਈਜ਼ ਹੈਗਾ ਵਾ $120 ਅਤੇ ਲੱਗੇ ਹੋਏ ਆ $80 ਤੇ, $40 ਔਫ। ਪਰ ਮੈਨੂੰ ਤਾਂ ਆਹ ਪਸੰਦ ਆਇਆ ਯਾਰ। ਆਪਾਂ ਗੇਮਾਂ ਖੇਡਦੇ ਹੁੰਦੇ ਸੀ ਯਾਰ ਛੋਟੇ ਹੁੰਦੇ ਆ, ਘਰੋਂ ਚੋਰੀ ਲੁੱਕ ਕੇ ਮੰਮੀ ਕੋਲੋਂ ਪੈਸੇ ਲੈ ਕੇ, ਆਹ ਸਾਰਾ ਉਹ ਕੌਨਸੋਲ ਲੱਗਿਆ ਹੋਇਆ ਪੜਨੀ ਇਹਨੂੰ ਕੀ ਕਹਿੰਦੇ ਹੁਣ ਗੇਮ ਨੂੰ। ਅਤੇ ਇੱਧਰ ਤੁਸੀਂ ਸ਼ੂਜ਼ ਦੇਖ ਸਕਦੇ ਹੋ ਯਾਰ, ਇਸ ਸ਼ੂਜ਼ ਦੀ ਇੰਨੀ ਕੁ ਜ਼ਿਆਦਾ ਵਰਾਇਟੀ ਹੈ ਨਾ, ਵਧੀਆ ਵੀ ਲੱਗਦਾ ਕਿ ਨਹੀਂ ਲੱਗਦਾ। ਕਿਵੇਂ ਲੱਗ ਰਿਹਾ ਗਗਨ ਵੀਰੇ? ਇਹ ਸ਼ੂਜ਼ ਤਾਂ ਬਹੁਤ ਵਧੀਆ, ਮੈਨੂੰ ਤਾਂ ਲੱਗਦਾ ਕੰਫਰਟੇਬਲ ਲੱਗਦਾ, ਮੈਂ ਵੀ ਪਾ ਕੇ ਦੇਖਦਾ। ਆਈ ਥਿੰਕ ਆਪਣਾ ਸਾਈਜ਼ ਸੇਮ ਆ, ਸੇਮ ਇਹ ਵੀ ਇੱਕ ਦੂਜੇ ਦੇ ਵੀ ਸ਼ੂ ਪਾ ਸਕੀਏ ਕਿਉਂਕਿ ਸਾਈਜ਼ ਸਾਡਾ ਸੇਮ ਆ। ਇੱਕ ਆ ਐਡੀਡਾਸ ਦਾ ਆਹ ਸ਼ੂ ਪਸੰਦ ਆਇਆ ਵਾ, ਹੁਣ ਆਹ ਟਰਾਈ ਕਰਦੇ ਹਾਂ। ਇੱਕ ਕੰਫੀ ਆ, ਇੱਕ ਐਡੀਡਾਸ ਆ, ਨਿਊ ਬੈਲੈਂਸ ਤੋਂ ਜ਼ਿਆਦਾ ਵਧੀਆ।
ਆ ਸੋਚੇ ਸੰਦੇ ਚੱਕ ਲੋ ਇਹ 100 ਦੇ ਹੋਣੇ ਆ ਇਸ ਟਾਈਮ ਕੋਈ ਚੱਕਰ ਨਹੀਂ ਆ ਮਤਲਬ ਵਧੀਆ ਹੈ ਇਹ ਵਧੀਆ ਵਾ ਤੇ ਇਹਦਾ ਚੀਜ਼ ਲੈਣੀ ਤੇ ਵਧੀਆ ਲੈਣੀ ਹਾਂ ਇਹਦੀ ਇਹਦਾ ਰੀਅਲ ਪ੍ਰਾਈਸ ਵੀ ਜ਼ਿਆਦਾ ਹੋਊਗਾ ਉਹਦਾ ਮੈਂ ਜੇ 100 ਦੇ ਹੋਣਗੇ ਤਾਂ ਬਸ ਸਾਈਜ਼ ਤੇ ਗਾਇਸ ਹੁਣ ਅਸੀਂ ਆਏ ਜੀ ਦੂਸਰੇ ਸਟੋਰ ਯਾਰ ਇੱਥੇ ਤਾਂ ਇੱਕ ਤਰ੍ਹਾਂ ਦੀ ਮੱਛੀ ਮੰਡੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸਮਾਨ ਸਾਰਾ ਇਹਦਾ ਖਿਲਦਾ ਸ਼ੂਜ਼ ਕੋਈ ਸ਼ੂਜ਼ ਕਿਤੇ ਪਿਆ ਕੋਈ ਸ਼ੂਜ਼ ਕਿਤੇ ਪਿਆ ਤੇ ਨਾਲ ਆਪਾਂ ਪੀ ਰਹੇ ਜੂਸ ਇੱਥੇ ਘੁੰਮ ਘੁੰਮ ਕੇ ਯਾਰ ਆਪਾਂ ਥੱਕ ਗਏ ਆ ਤੇ ਪਿਆਸ ਲੱਗੀ ਤਾਂ ਕਰਕੇ ਆਪਾਂ ਮਿਕਸ ਜੂਸ ਇਹ ਪੀ ਲਿਆ ਆਲਮੋਸਟ ਆ ਵੇਖੋ ਕੀ ਹਾਲ ਬਣਿਆ ਪਿਆ ਇੱਥੇ ਆ ਸਵਾਦ ਆ ਨਾ ਬਹੁਤ ਸਵਾਦ ਆ ਮੈਂ ਤਾਂ ਮੁਕਾ ਵੀ ਦਿੱਤਾ ਤੇ ਹੁਣ ਅਸੀਂ ਆ ਗਏ ਜੀ ਚੈਂਪੀਅਨ ਇੱਥੋਂ ਕੋਈ ਟੀ ਸ਼ਰਟ ਦੇਖਦੇ ਹਾਂ ਰੈੱਡ ਕਲਰ ਬੜਾ ਸੋਹਣਾ ਲੱਗਦਾ ਯਾਰ ਮੈਨੂੰ ਇਹਨਾਂ ਦਾ Nines you guys wanted? Yeah, nine. Yeah, this is a nine. Perfect. Yeah, perfect. Do you have more nines in the stock? Sorry? More nines? More another nines? One? I might have a look. Yeah. Okay. Can you please look at So guys, ye wala shoe just one more, yeah? ਤੇ ਮੈਂ ਚੂਜ਼ ਕੀਤਾ ਤੇ ਵੀਰੇ ਦਾ ਵੀ ਦਿਲ ਕਰ ਗਿਆ ਵਾ ਦਿਲ ਕਰ ਗਿਆ ਦੇਖਦੇ ਆ ਤੁਸੀਂ ਪਾ ਲਿਓ ਵੰਡ ਕੇ ਪਾ ਲਾਂਗੇ ਕੋਈ ਚੱਕਰ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਇੱਥੇ ਮੈਂ ਪਸੰਦ ਕੀਤੀ ਸੀ ਬਲੈਕ ਕਲਰ ਦੀ ਟੀ-ਸ਼ਰਟ ਕਿਉਂਕਿ ਮੈਂ ਬਲੈਕ ਇੰਡੀਆ ਤੋਂ ਲੈ ਕੇ ਨਹੀਂ ਆਈ ਤੇ ਗਗਨ ਵੀਰਾ ਆ ਤੁਹਾਡੇ ਤੇ ਇੰਨਾ ਸੂਟ ਕਰੂਗਾ ਨਾ ਤੁਹਾਡੇ ਤੇ ਇੰਨਾ ਭਾਜੀ ਇਹ ਤੁਹਾਡੇ ਤੇ ਬਹੁਤ ਸੂਟ ਕਰੂਗਾ ਆ ਚੈੱਕ ਕਰੋ ਤੁਸੀਂ ਆ ਨਵਾਂ ਆਇਆ ਸਾਡੇ ਕੱਪੜਾ ਆ ਸਾਡੇ ਇੱਥੇ ਨਵਾਂ ਕੱਪੜਾ ਆਇਆ ਆ ਚੈੱਕ ਕਰੋ ਪਲੀਜ਼ ਯਾਰ ਤੁਸੀਂ ਆਪਣੇ ਲਾ ਕੇ ਤਾਂ ਦੇਖੋ ਇੱਕ ਵਾਰੀ ਤੁਸੀਂ ਜਦੋਂ ਬਾਹਰ ਜਾਓਗੇ ਨਾ ਸੇਲਸਮੈਨ ਆਫ ਦਾ ਇਅਰ ਅਵਾਰਡ ਗੋਸ ਟੂ ਗਗਨਦੀਪ ਸਿੰਘ ਆਸਟ੍ਰੇਲੀਆ ਆ ਕਲਰ ਜ਼ਿਆਦਾ ਵਧੀਆ ਲੱਗ ਰਿਹਾ ਵਾ ਦੇਖੋ ਬਲੈਕ ਵਾਈਟ ਤਾਂ ਸਾਰੇ ਪਾਉਂਦੇ ਆ ਹਨਾ ਆ ਯੂਨੀਕ ਜਿਹਾ ਕਲਰ ਵਧੀਆ ਲੱਗਦਾ ਯੂਨੀਕ ਚੱਲ ਰਹਾ ਤੇ ਨਾਲੇ ਮੈਨੂੰ ਇੱਕ ਜੀ ਤੁਹਾਡੀ ਵੀ ਤੁਹਾਨੂੰ ਯੂਨੀਕ ਚੀਜ਼ਾਂ ਪਸੰਦ ਆ ਹਾਂ ਡਿਫਰੈਂਟ ਆਪਣੀ ਇਹ ਥਿੰਕਿੰਗ ਨਾਲ ਬਸ ਠੀਕ ਹੈ ਜਿਵੇਂ ਆਪਾਂ ਨੂੰ ਆ ਸ਼ੂ ਪਸੰਦ ਆਇਆ ਫੜੇ ਇੱਕ ਮਿੰਟ ਵੀਰੇ ਆ ਦੇਖੀ ਯਾਰ ਸ਼ੂ ਤੁਹਾਨੂੰ ਦਿਖਾਉਣਾ ਮੈਂ ਤੇ ਪ੍ਰਾਈਸ ਕੀ ਮਿਲਿਆ ਇਹ ਤੁਹਾਨੂੰ ਦੱਸ ਦੇ ਪਹਿਲਾਂ ਬਿੱਲ ਕਰਾ ਲਈਏ ਭਾਈ ਚੈੱਕ ਕਰੋ ਭਾਈ ਚੈੱਕ ਕਰੋ ਕਿੰਨੇ ਫਲੈਕਸੀਬਲ ਇੱਕ ਮਿੰਟ ਭਾਈ ਚੈੱਕ ਕਰੋ ਬਿਲਕੁਲ ਨਹੀਂ ਟੁੱਟਦਾ ਸ਼ੂ ਬਿਲਕੁਲ ਨਹੀਂ ਟੁੱਟਦਾ ਇਹ ਹੁਣ ਮੈਂ ਟਰਾਈ ਕਰਦਾ ਵਾਂ ਯਾਰ ਸੱਚੀ ਜੀ ਬੜਾ ਲਾਈਟ ਵੇਟ ਆ ਤੇ ਬੜਾ ਕੌਂਫੀ ਜੇ ਰੋਨੀ ਕੋਲ ਮੈਂ ਨਹੀਂ ਕਹਿੰਦਾ ਲਾਈਟ ਵੇਟ ਬੇਬੀ ਲਾਈਟ ਵੇਟ ਅੱਛਾ ਯਾਰ ਟੋਮੀ ਵੀ ਦੇਖਿਓ ਕੀ ਹਾਲ ਬਣਿਆ ਪਿਆ ਜੇ ਆ ਟੀ ਸ਼ਰਟ ਕਿੱਦਾਂ ਖਿਲਾ ਰਹੀਆਂ ਨੇ ਲੋਕਾਂ ਨੇ ਉੱਧਰ ਦੇਖਿਓ ਅੱਜ ਦੀ ਸ਼ੋਪਿੰਗ ਤੇ ਡਨ ਹੋ ਗਈ ਹੋਈ ਹੈ ਗਾਇਸ ਬਹੁਤ ਸ਼ੋਪਿੰਗ ਕਰ ਲਈ ਬਹੁਤ ਜ਼ਿਆਦਾ ਫਿਰ ਲਿਆ ਆਏ ਅਸੀਂ ਖਾਣ ਤੇ ਹੁਣ ਆਪਾਂ ਆਏ ਜੀ ਕੁਛ ਇੱਧਰ ਖਾਣ ਵਾਸਤੇ ਅਸੀਂ ਖਾਵਾਂਗੇ ਜੀ ਬੁਰੀਤੋ ਇਹ ਤੇ ਅਸੀਂ ਆਰਡਰ ਕੀਤਾ ਵਾ ਜੀ ਇੱਕ ਨੇਕਡ ਬੁਰੀਤੋ ਗ੍ਰਾਂਡੇ ਮੈਲਟ ਗਗਨ ਵੀਰੇ ਦਾ ਆ ਗਿਆ ਜੀ ਨੇਕਡ ਬੁਰੀਤੋ ਤੇ ਮੇਰਾ ਗ੍ਰਾਂਡੇ ਮੈਲਟ ਸੁਮਨ ਖਾਣੇ ਆ ਤੇ ਫਿਰ ਚੱਲਦੇ ਵਾਪਸ ਘਰ ਨੂੰ ਕਿਉਂਕਿ ਯਾਰ ਤੁਰ ਤੁਰ ਕੇ ਆ ਸ਼ੋਪਿੰਗ ਮਾਲ ਦੇ ਵਿੱਚ ਥੱਕ ਗਏ ਸੀ ਥੱਕ ਗਏ ਤੇ ਫਿਰ ਨਿਕਲਦੇ ਹਾਂ ਸੋ ਗਾਇਜ਼ ਵਾਪਸ ਆ ਚੁੱਕੇ ਹਾਂ ਜੀ ਯਾਰ ਇੱਕ ਤਾਂ ਸ਼ੋਪਿੰਗ ਇੰਨੀ ਕੁ ਵੱਡੀ ਸਿਰ ਪੀੜ ਜੀ ਨਾ ਅਸੀਂ ਘਰੋਂ ਨਿਕਲੇ ਸੀ 3 ਵਜੇ ਅਤੇ ਹੁਣ ਟਾਈਮ ਹੋ ਗਿਆ ਵਾ ਰਾਤ ਦੇ 10 ਵੱਜ ਗਏ ਆ ਦੇਖ ਲਓ 7 ਘੰਟੇ ਅਸੀਂ ਘੁੰਮਦੇ ਰਹੇ ਹਾਂ ਅਤੇ ਲਿਆਂਦਾ ਕੀ ਇੱਕ ਟੀ ਸ਼ਰਟ ਅਤੇ ਇੱਕ ਸ਼ੂਜ਼ ਇੰਨੀਆਂ ਇੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਆਊਟਲੈਟਸ ਦੇ ਬਾਹਰ ਕਿਉਂਕਿ ਔਫ ਕਾਫੀ ਚੱਲ ਰਹੀ ਸੀ ਚੈਂਪੀਅਨ ਬ੍ਰਾਂਡ ਵੀ ਫਸਟ ਟਾਈਮ ਵੇਅਰ ਕਰਨਾ ਵਾ ਸੋ ਤਾਂ ਕਰਕੇ ਮੈਂ ਕਿਹਾ ਚਲੋ ਕੁਛ ਨਵਾਂ ਟਰਾਈ ਕਰਦੇ ਹਾਂ ਤੇ ਵਾਪਸ ਆ ਚੁੱਕੇ ਆਪਾਂ ਘਰ ਯਾਰ ਬੜਾ ਥਕਾ ਤਾ ਯਾਰ ਅਸੀਂ ਹਨਾ ਉਦਾਂ ਹੈਗੇ $130 ਦੇ
ਆ ਦੇਖ ਓਰੀਜਨਲ ਪ੍ਰਾਈਸ $130 ਤੇ ਟੌਰ ਆ ਤੇ ਹੁਣ $78 ਤੇ ਵਧੀਆ ਚੀਜ਼ ਮਿਲ ਗਈ ਯਾਰ ਨਾਲ ਡੇਲੀ ਵੇਅਰ ਹੋ ਜੂਗੀ ਤੇ ਨਾਲ ਇੱਕ ਆਪਾਂ ਟੀ-ਸ਼ਰਟ ਲਿਆਣੀ ਬਲੈਕ ਟੀ-ਸ਼ਰਟ ਬਲੈਕ ਨਹੀਂ ਗ੍ਰੇ ਟੀ-ਸ਼ਰਟ ਹਾਂ ਇਹ ਤੇ ਸ਼ਾਪਿੰਗ ਤਾਂ ਹੋਰ ਵੀ ਆਪਾਂ ਕਰਨੀ ਸੀ ਪਰ ਯਾਰ ਉੱਥੇ ਤਾਂ ਹੰਤੀ ਦੇਖੇ ਹੀ ਆ ਆਊਟਲੈਟਸ ਬਾਰੇ ਇੰਨੀਆਂ ਲੰਬੀ ਲੰਬੀ ਲਾਈਨਾਂ ਲੱਗੀਆਂ ਨਾਈਕੀ ਦੇ ਬਾਰੇ ਇੰਨੀ ਲੰਬੀ ਲਾਈਨ ਲੱਗੀ 3-3 ਘੰਟੇ ਅਸੀਂ ਤਾਂ ਥੱਕ ਗਏ ਯਾਰ ਸਾਡੀ ਲੱਤਾਂ ਤੇ ਨਹੀਂ ਆ ਜਿਹੜਾ ਕਲਰ ਆਪਾਂ ਲਿਆ ਨਾ ਉਹ ਤਾਂ ਵਧੀਆ ਹੈ ਹਣਾ ਸੋਹਣੀ ਆ ਬਾਕੀ ਯਾਰ ਇਹ ਨਹੀਂ ਕੀਤਾ ਕਿ ਅੱਜ ਹੀ ਸਾਰੀ ਸ਼ਾਪਿੰਗ ਕਰ ਲੈਂਦੀ ਸੋ ਇਹ ਚੀਜ਼ ਪਸੰਦ ਆਈ ਤਾਂ ਕਰਕੇ ਆਪਾਂ ਉਹ ਸੇਲਾਂ ਫੇ ਵੀ ਚੱਲਦੀਆਂ ਰਹਿਣੀਆਂ ਤੇ ਮੈਂ ਵੀ ਜੇ ਕੱਲ ਪਰਸੋਂ 2 ਦਿਨ ਬਾਅਦ ਵੀ ਗੇੜਾ ਲੱਗਿਆ ਤਾਂ ਕਿਤੇ ਨਾ ਕਿਤੇ ਮਤਲਬ ਜਿੱਥੇ ਕੋਈ ਚੀਜ਼ ਪਸੰਦ ਹੀ ਉੱਥੇ ਆਪਾਂ ਬਾਈਕ ਕਰ ਲਿਆ ਕਰਨੀ ਆ ਸੋ ਆਹ ਦੋ ਚੀਜ਼ਾਂ ਪਸੰਦ ਆਈਆਂ ਤੇ ਇੱਧਰ ਆਪਣੀ ਫਰੈਰੋ ਰੋਚਰ ਤੇ ਹੁਣ ਕਰਦੇ ਜੀ ਆਪਾਂ ਡਿਨਰ ਰੈਡੀ ਹੋ ਰਿਹਾ ਵਾ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਪਿਛਲੇ ਵਲੌਗ ਵੀ ਜਿਹਨੇ ਨਹੀਂ ਦੇਖੇ ਜਾ ਕੇ ਜ਼ਰੂਰ ਦੇਖਿਓ ਤੇ ਸ਼ਾਪਿੰਗ ਕਰਕੇ ਯਾਰ ਥੱਕ ਗਏ ਯਾਰ ਇੰਨੀ ਕੁ ਤਕੜੀ ਸਿਰ ਪੀੜ ਨਾ ਸ਼ਾਪਿੰਗ ਮੇਰੇ ਵਾਸਤੇ ਕਿਉਂਕਿ ਯਾਰ ਕੱਪੜੇ ਲੱਭਣੇ ਪਸੰਦ ਆਉਣੇ ਅਤੇ ਫਿਰ ਬਹੁਤ ਬਹੁਤ ਇਹ 'ਚ ਮਸਲੇ ਆ ਯਾਰ ਸੋ ਅੱਜ ਤਾਂ ਥੱਕ ਗਏ ਹਾਂ ਅਤੇ ਚਲੋ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਕਰਦੇ ਹਾਂ ਹੋਪ ਕਰਦੇ ਹਾਂ ਲਾਈਕ ਵੀਡੀਓ ਕਰ ਦਿਓ ਅਤੇ ਮੇਰੇ ਲਈ ਤੁਹਾਨੂੰ ਅਗਲੇ ਵਲੌਗ 'ਚ ਇੱਦਾਂ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਅਤੇ ਪਿਛਲੇ ਵਲੌਗ ਜਾ ਕੇ ਦੇਖਿਓ ਟਿਲ ਦੈਨ ਬਾਏ ਟੇਕ ਕੇਅਰ ਰੱਬ ਰੱਖ